ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ। ਮੈਂ ਕਹਿੰਦਾ ਜਿਹੜਾ ਵੀ ਜਿਸ MLA ਜਾਂ ਮਿਨਿਸਟਰ ਤੋਂ ਮਿਲਦਾ ਹੈ ਉਹ ਪਲੀਜ਼ PSTET ਦੀ ਤਾਂ ਗੱਲ ਕਰਨੀ ਕਰਨੀ ਹੈ ਆਪਾਂ ਨੂੰ ਕਿ ਸਾਨੂੰ ਭਰੋਸੇ ਰੱਖਿਆ ਸਰ, ਦਸੰਬਰ 'ਚ ਐਗਜ਼ਾਮ ਹੋਣਾ ਸੀ, ਉਹ ਨੋਟੀਫਿਕੇਸ਼ਨ ਵਾਲਾ ਪੇਜ ਵੀ ਨਾਲ ਲਾਉਣਾ, ਉਹਨਾਂ ਨੂੰ ਦਿਖਾਉਣਾ ਹੈ, ਅਤੇ ਆਹ ਵੀ ਕਹਿਣਾ ਵੀ ਸਾਨੂੰ 99 ਨੂੰ ਅੱਗੇ ਕਰਕੇ ਉਹ 'ਚ ਮੌਕਾ ਮਿਲੂ, ਉਦੋਂ ਹੀ PSTET ਹੋਣ ਦਾ ਫਾਇਦਾ ਹੈ। ਵੀ ਉਹਨੂੰ ਸਰ ਸਾਡੀ ਕੋਈ ਗਲਤੀ ਨਹੀਂ, ਜਿੱਦਾਂ ਉਹ ਦਸੰਬਰ ਤੋਂ ਤੁਸੀਂ ਫਰਵਰੀ 'ਚ ਲਿਆਏ, ਹੁਣ ETT ਵਾਲਾ 99 ਨੂੰ ਵੀ ਤੁਸੀਂ ਅੱਗੇ ਕਰੋ 2 ਮਹੀਨੇ, ਕਿਉਂਕਿ ਤੁਹਾਡੇ ਕਾਰਨ ਹੀ ਸਾਡਾ ਪੇਪਰ ਉਹ ਖਰਾਬ ਹੋ ਗਿਆ। ਅਸੀਂ ਤਿਆਰੀ ਵੀ ਲਾ ਲਈ, ਹੁਣ ਇੰਨਾ ਟਾਈਮ ਅਸੀਂ ਪ੍ਰਦਰਸ਼ਨ ਕਰਦੇ ਫਿਰ ਰਹੇ ਹਾਂ। ਇਹਦੇ ਲਈ ਆਹ ਰਿਕੁਐਸਟ ਸਭ ਤੋਂ ਜ਼ਰੂਰੀ ਹੈ ਵੀ ETT ਵਾਲੇ ਉਹ 'ਚ ਆਪਾਂ ਨੂੰ ਮੌਕਾ ਮਿਲੇ 99 'ਚ। ਠੀਕ ਹੈ ਭਾਈ, ਧੰਨਵਾਦ, ਸਾਰੀ ਮਿਹਨਤ ਇੱਦਾਂ ਹੀ ਕਰਦੇ ਰਹੋ ਭਾਈ, ਜ਼ਰੂਰ ਜਿੱਤਾਂ। PSTET ਦੀ ਤਾਂ ਗੱਲ ਕਰਨੀ ਕਰਨੀ ਹੈ ਆਪਾਂ ਨੂੰ ਕਿ ਸਾਨੂੰ ਭਰੋਸੇ ਰੱਖਿਆ ਸਰ, ਦਸੰਬਰ 'ਚ ਐਗਜ਼ਾਮ ਹੋਣਾ ਸੀ, ਉਹ ਨੋਟੀਫਿਕੇਸ਼ਨ ਵਾਲਾ ਪੇਜ ਵੀ ਨਾਲ ਲਾਉਣਾ, ਉਹਨਾਂ ਨੂੰ ਦਿਖਾਉਣਾ ਹੈ, ਅਤੇ ਆਹ ਵੀ ਕਹਿਣਾ ਵੀ ਸਾਨੂੰ 99 ਨੂੰ ਅੱਗੇ ਕਰਕੇ ਉਹ 'ਚ ਮੌਕਾ ਮਿਲੂ, ਉਦੋਂ ਹੀ PSTET ਹੋਣ ਦਾ ਫਾਇਦਾ ਹੈ। ਵੀ ਉਹਨੂੰ ਸਰ ਸਾਡੀ ਕੋਈ ਗਲਤੀ ਨਹੀਂ, ਜਿੱਦਾਂ ਉਹ ਦਸੰਬਰ ਤੋਂ ਤੁਸੀਂ ਫਰਵਰੀ 'ਚ ਲਿਆਏ, ਹੁਣ ETT ਵਾਲਾ 99 ਨੂੰ ਵੀ ਤੁਸੀਂ ਅੱਗੇ ਕਰੋ 2 ਮਹੀਨੇ, ਕਿਉਂਕਿ ਤੁਹਾਡੇ ਕਾਰਨ ਹੀ ਸਾਡਾ ਪੇਪਰ ਉਹ ਖਰਾਬ ਹੋ ਗਿਆ। ਅਸੀਂ ਤਿਆਰੀ ਵੀ ਲਾ ਲਈ, ਹੁਣ ਇੰਨਾ ਟਾਈਮ ਅਸੀਂ ਪ੍ਰਦਰਸ਼ਨ ਕਰਦੇ ਫਿਰ ਰਹੇ ਹਾਂ। ਇਹਦੇ ਲਈ ਆਹ ਰਿਕੁਐਸਟ ਸਭ ਤੋਂ ਜ਼ਰੂਰੀ ਹੈ ਵੀ ETT ਵਾਲੇ ਉਹ 'ਚ ਆਪਾਂ ਨੂੰ ਮੌਕਾ ਮਿਲੇ 99 'ਚ। ਠੀਕ ਹੈ ਭਾਈ, ਧੰਨਵਾਦ, ਸਾਰੀ ਮਿਹਨਤ ਇੱਦਾਂ ਹੀ ਕਰਦੇ ਰਹੋ ਭਾਈ, ਜ਼ਰੂਰ ਜਿੱਤਾਂਗੇ।